ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਇੱਕ ਬਹੁਤ ਹੀ ਮਹੱਤਵਪੂਰਨ ਸਬਜੈਕਟ 'ਤੇ ਹੈ ਔਰ ਇਹ ਜਿਹੜਾ ਸਬਜੈਕਟ ਹੈ ਇਹ ਜਿਹੜਾ ਵਿਸ਼ਾ ਹੈ ਇਹ ਉਹ ਹੈ ਜਿਹਨੇ ਪੰਜਾਬ ਨੂੰ ਪਿਛਲੇ 2-2.5 ਦਹਾਕਿਆਂ ਤੋਂ ਬੜੇ ਵੱਡੇ ਪੱਧਰ ਦੇ ਉੱਤੇ ਸੱਟ ਲਾਈ ਹੈ। ਵਿਸ਼ਾ ਹੈ ਨਸ਼ੇ ਔਰ ਇਹਨੂੰ ਮੈਂ ਰਿਲੇਟ ਕਰੂੰਗਾ ਜਿਹੜੀ ਪ੍ਰੈਸ ਕਾਨਫਰੰਸ 3-4 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੀ ਉਹਦੇ ਨਾਲ, ਇਹਨੂੰ ਮੈਂ ਰਿਲੇਟ ਕਰੂੰਗਾ ਜਿਹੜੀ ਪ੍ਰੈਸ ਕਾਨਫਰੰਸ ਕੱਲ੍ਹ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਹੋਣਾ ਦੇ ਨਾਲ। ਮਲਵਿੰਦਰ ਸਿੰਘ ਕੰਗ ਹੋਣਾ ਨੇ ਇੱਕ ਬੜਾ ਸੰਗੀਨ ਅਤੇ ਗੰਭੀਰ ਇਲਜ਼ਾਮ ਲਾਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੇ ਉੱਤੇ ਔਰ ਇਲਜ਼ਾਮ ਉਹਨਾਂ ਨੇ ਲਾਇਆ ਕਿ ਜਦੋਂ ਪੰਜਾਬ ਪੁਲਿਸ ਦੀਆਂ ਜਿਹੜੀਆਂ ਬਦਲੀਆਂ ਜਿਹਨੂੰ ਉਹ ਮੇਜਰ ਰੀਸ਼ਫਲ ਮਾਨ ਸਾਹਿਬ ਨੇ ਕਿਹਾ ਸੀ ਉਹ ਜਿਹੜਾ ਇਲਜ਼ਾਮ ਲਾਇਆ ਉਹਦੇ ਵਿੱਚ ਜਦੋਂ ਟਿੱਪਣੀ ਕੀਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੁਹਾਡੇ ਵਰਗੇ ਅਦਾਰਿਆਂ ਨੇ ਜਦੋਂ ਸਾਥੀਆਂ ਨੇ ਕੋਈ ਸਵਾਲ ਪੁੱਛਿਆ ਬਦਲੀਆਂ ਨੂੰ ਲੈ ਕੇ ਅਤੇ ਉਹਨਾਂ ਨੇ ਕੰਗ ਸਾਹਿਬ ਨੇ ਇਲਜ਼ਾਮ ਲਾਇਆ ਵੜਿੰਗ ਸਾਹਿਬ ਦੇ ਉੱਤੇ ਕਿ ਤੁਹਾਨੂੰ ਇਹਨਾਂ ਬਦਲੀਆਂ ਦੇ ਉੱਤੇ ਇੰਨੀ ਜ਼ਿਆਦਾ ਤਕਲੀਫ ਕਿਉਂ ਹੋਈ ਆ, ਕੀ ਤੁਹਾਡੀ ਕੋਈ ਮਿਲੀ ਭੁਗਤ ਤੇ ਨਹੀਂ? ਇਹ ਇਲਜ਼ਾਮ ਕੰਗ ਸਾਹਿਬ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਾ 'ਤੇ ਲਾਇਆ। ਉਸੇ ਹੀ ਪ੍ਰੈਸ ਵਾਰਤਾ ਦਾ ਜਵਾਬ ਦੇਣ ਲਈ ਪੰਜਾਬ ਕਾਂਗਰਸ ਦਾ ਬੁਲਾਰਾ ਹੋਣ ਦੇ ਨਾਤੇ, ਇੱਕ ਨੁਮਾਇੰਦਾ ਹੋਣ ਦੇ ਨਾਤੇ ਮੈਂ ਤੁਹਾਡੇ ਰੂਬਰੂ ਹੋ ਰਿਹਾ। ਮੈਂ ਪ੍ਰੈਸ ਨੂੰ ਇਹ ਦੱਸਣਾ ਚਾਹੁੰਦਾ ਔਰ ਪ੍ਰੈਸ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਇਲਜ਼ਾਮ ਸਾਡੇ 'ਤੇ ਲਾਇਆ ਹੈ ਇਹ ਕਿਉਂ ਲਾਇਆ ਗਿਆ। ਮੈਂ ਕੁਛ ਪ੍ਰਿੰਟ ਆਊਟ ਲੈ ਕੇ ਆਇਆ। ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਰੂ ਕਰਾਂਗੇ ਕਿ ਜਿਹੜੀ ਮਾਨ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਪ੍ਰੈਸ ਕਾਨਫਰੰਸ ਨਾਲ ਪੰਜਾਬ ਦੇ ਪੁਲਿਸ ਦੇ ਮੁਖੀ ਬੈਠੇ ਸੀ, ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਕਿ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਆ ਉਹ ਵੱਧ ਗਏ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਉਹਨਾਂ ਨੂੰ ਹੁਣ ਜਾ ਕੇ ਪਤਾ ਲੱਗਿਆ ਤਕਰੀਬਨ 2.25 ਸਾਲ ਬਾਅਦ ਕਿ ਕੁਛ ਪੰਜਾਬ ਪੁਲਿਸ ਦੇ ਮੁਲਾਜ਼ਮ ਅਧਿਕਾਰੀ ਵੀ ਇਸ ਜਿਹੜਾ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਉਹਦੇ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਹੈ। ਪਹਿਲਾਂ ਤਾਂ ਮੈਂ ਮਾਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਵੀ ਕਮ ਸੇ ਕਮ 2.25 ਸਾਲਾਂ ਬਾਅਦ ਹੀ ਸਹੀ ਤੁਹਾਨੂੰ ਇਹ ਪਤਾ ਤਾਂ ਲੱਗਿਆ ਕਿ ਨਸ਼ਾ ਪੰਜਾਬ ਦੇ ਵਿੱਚ ਹੈ ਔਰ ਨਸ਼ਾ ਵਿਕਾ ਜਿਹੜਾ ਵੇਚਣ ਦਾ ਜਿਹੜਾ ਕਾਰੋਬਾਰ ਹੈ ਕਾਲਾ ਚੱਲ ਰਿਹਾ ਉਹਦੇ ਵਿੱਚ ਤੁਸੀਂ ਪੰਜਾਬ ਪੁਲਿਸ ਦੇ ਉੱਤੇ ਵੀ ਜਿਹੜੀ ਹੈ ਉਹ ਸ਼ੱਕ ਦੀ ਸੂਈ ਰੱਖੀ ਹੈ। ਇੱਕ ਹੋਰ ਖਬਰ ਹੈ ਇਹਦੇ ਨਾਲ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤਕਰੀਬਨ ਕੋਈ ਉਹਨਾਂ ਨੇ ਆਇਡੈਂਟੀਫਾਈ ਕੀਤਾ 10,000 ਪੁਲਿਸ ਦਾ ਜਿਹੜਾ ਮੁਲਾਜ਼ਮ ਹੈ ਉਹ ਇਸ ਕਾਰੋਬਾਰ ਦੇ ਵਿੱਚ ਇਨਵੋਲਵਡ ਹੈ। ਇਹ ਵੀ ਕਿਸੇ ਇੱਕ ਪ੍ਰਿੰਟ ਮੀਡੀਆ ਦੇ ਵਿੱਚ ਮੈਂ ਇਹ ਖਬਰ ਪੜ੍ਹ ਰਿਹਾ ਸੀ। ਇਹ ਜਿਹੜਾ ਮੈਂ ਤੁਹਾਨੂੰ ਇਹ ਫੋਟੋ ਦਿਖਾ ਰਿਹਾ ਇਹਦਾ ਇੱਕ ਕਾਰਨ ਫੋਟੋ ਵਿਖਾਉਣ ਦਾ ਇਹ ਹੈ ਕਿ ਇਹ ਜਿਹੜੀ ਪਿੱਛੇ ਦੀ ਜਿਹੜੀ ਬੈਕਡਰੋਪ ਹੈ ਜਾਂ ਜਿਹੜੀ ਅੱਗੇ ਦੀ ਬੈਕਡਰੋਪ ਹੈ
ਇਹ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਇਹ ਕੋਈ ਸਰਕਾਰ ਦੀ ਪ੍ਰੈਸ ਕਾਨਫਰੰਸ ਨਜ਼ਰ ਆਉਂਦੀ ਹੈ ਕਿਸੇ ਬੰਨਿਓਂ? ਇਹ ਸਵਾਲ ਪੰਜਾਬ ਪੁਲਿਸ ਦੇ ਜਿਹੜੇ ਮੁਖੀ ਨੇ ਉਹਨਾਂ ਤੋਂ ਵੀ ਹੈ ਕਿ ਕੀ ਉਹ ਇੱਕ ਸਟੇਟ ਦੇ ਪੁਲਿਸ ਦੇ ਮੁਖੀ ਦੇ ਵਜੋਂ ਉੱਥੇ ਬੈਠੇ ਸੀ ਜਾਂ ਇੱਕ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਦੀ ਵਜੋਂ। ਮੇਰੇ ਖਿਆਲ ਨਾਲ ਐਸ ਪਰ ਦਾ ਜਿਹੜੀਆਂ ਉਹਨਾਂ ਦੀਆਂ ਸਰਵਿਸ ਗਾਈਡਲਾਈਨਸ ਨੇ ਉਹ ਸ਼ਾਇਦ ਕੌਂਸਟੀਟਿਊਸ਼ਨਲੀ ਉਹਨਾਂ ਨੂੰ ਇਹ ਅਲਾਓ ਨਹੀਂ ਕਰਦੀਆਂ ਹੋਣਗੀਆਂ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਪ੍ਰੈਸ ਕਾਨਫਰੰਸ ਜਾਂ ਕਿਸੇ ਪੋਲੀਟੀਕਲ ਮੰਚ ਦੇ ਉੱਤੇ ਉਹ ਨਾਲ ਬੈਠ ਕੇ ਅਤੇ ਪਬਲਿਕ ਨੂੰ ਐਡਰੈਸ ਕਰਨ। ਪਹਿਲਾ ਸਵਾਲ। ਦੂਸਰਾ ਸਵਾਲ ਕਿ ਇਹ ਪ੍ਰੈਸ ਕਾਨਫਰੰਸ ਮਾਨ ਸਾਹਿਬ ਨੇ ਕਿਉਂ ਕੀਤੀ? ਮੈਂ ਬਾਅਦ 'ਚ ਚਾਹੂੰਗਾ ਕਿ ਕੰਗ ਸਾਹਿਬ ਨੇ ਜਿਹੜੇ ਇਲਜ਼ਾਮ ਲਾਏ ਉਹਦਾ ਜਵਾਬ ਬਾਅਦ 'ਚ ਦਊਂਗਾ। ਸਾਡੀਆਂ ਜਿਹੜੀਆਂ ਫਾਈਂਡਿੰਗਸ ਨੇ ਕਿ ਇਹ ਪ੍ਰੈਸ ਕਾਨਫਰੰਸ ਕਿਉਂ ਕੀਤੀ ਗਈ, ਦੇਖੋ ਇੱਕ ਗੱਲ ਤਾਂ ਮੰਨਣੀ ਪਏਗੀ ਆਮ ਆਦਮੀ ਪਾਰਟੀ ਦੀ ਔਰ ਵਿਸ਼ੇਸ਼ਕਰ ਮਾਨ ਸਾਹਿਬ ਦੀ ਕਿ ਉਹ ਮੁੱਦਿਆਂ ਤੋਂ ਭਟਕਾਇਆ ਕਿੱਦਾਂ ਜਾਵੇ, ਇਹਦੇ 'ਚ ਬੜੇ ਮਾਹਿਰ ਹੋ ਗਏ ਨੇ। ਕਿਉਂਕਿ 13-0 ਦੀ ਗੱਲ ਕਰਦੇ ਸੀ, ਕਿਕਲੀਆਂ ਪਾਉਂਦੇ ਫਿਰਦੇ ਸੀ ਸਾਰੇ ਪੰਜਾਬ ਦੇ ਵਿੱਚ ਕਿ 13-0 ਕਰਾਂਗੇ, 13-0 ਕਰਾਂਗੇ, 13-0 ਕਰਾਂਗੇ, ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਕਿਕਲੀ ਪਵਾ ਦਿੱਤੀ। 13-0 ਦਾ ਤਾਂ ਸਾਨੂੰ ਪਤਾ ਨਹੀਂ, ਪਰ 3 ਸੀਟਾਂ ਆਈਆਂ ਨੇ ਉਹ ਵੀ ਪਤਾ ਨਹੀਂ ਕਿਵੇਂ ਆਈਆਂ ਨੇ। ਉਹ ਜਿਹੜਾ 13-0 ਵਾਲੀ ਜਿਹੜੀ ਆਂਕੜੇ ਘੱਟ ਕੇ ਸੁੰਗੜ ਕੇ 3 ਤੇ ਰਹਿ ਗਏ, ਇਹ ਉਹਨੂੰ ਲੁਕਾਉਣ ਦੇ ਲਈ, ਉਹਨੂੰ ਛੁਪਾਉਣ ਦੇ ਲਈ ਇਹ ਅੱਖੀ ਘੱਟਾ ਇੱਕ ਪਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਮਾਨ ਸਾਹਿਬ ਵੱਲੋਂ ਕਿ ਅਸੀਂ ਪੂਰੀ ਪੰਜਾਬ ਪੁਲਿਸ ਦਾ ਜਿਹੜੇ ਆ ਉਹ ਉਹਨਾਂ ਦੀਆਂ ਬਦਲੀਆਂ ਕਰ ਦਿਆਂਗੇ, ਉਹਨਾਂ ਨੂੰ 5 ਥਾਣੇ ਨਹੀਂ ਉਹਨਾਂ ਨੂੰ 7 ਥਾਣੇ ਦੂਰ ਭੇਜ ਦਿਆਂਗੇ। ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ ਇਸ ਉਹਨਾਂ ਦੀ ਸਟੇਟਮੈਂਟ, ਮਾਨ ਸਾਹਿਬ ਦੀ ਸਟੇਟਮੈਂਟ ਤੋਂ। ਉਹ ਕਹਿੰਦੇ ਨੇ 10,000 ਦੇ ਲਗਭਗ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਸਾਡੇ ਸ਼ੱਕ ਦੇ ਦਾਇਰੇ 'ਚ ਨੇ ਜਾਂ ਸਾਨੂੰ ਉਹਨਾਂ ਦੀ ਜਾਣਕਾਰੀ ਹੈ। ਅਤੇ ਮੈਂ ਮਾਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੇਕਰ ਤੁਹਾਡੇ ਕੋਲ ਜਾਣਕਾਰੀ ਹੈ ਕਿ 10,000 ਮੁਲਾਜ਼ਮ ਕਿਹੜੇ ਨੇ, ਤਾਂ ਫਿਰ ਤੁਸੀਂ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੇ? ਇਹ ਨਸ਼ੇ ਵਾਲਾ ਕੋਡ ਅਸੀਂ ਵੀ ਵੱਢਣਾ ਚਾਹੁੰਦੇ ਹਾਂ, ਹਰ ਪੰਜਾਬੀ ਵੱਢਣਾ ਚਾਹੁੰਦਾ। ਪੰਜਾਬ ਦੀਆਂ ਮਾਵਾਂ ਵਿਲਕਦੀਆਂ ਪਈਆਂ ਨੇ, ਸੁਹਾਗ ਉੱਜੜ ਰਹੇ ਨੇ, ਬੱਚੇ ਅਨਾਥ ਹੋ ਰਹੇ ਨੇ, ਸਾਨੂੰ ਵੀ ਉਨੀ ਤਕਲੀਫ ਹੈ, ਸਾਨੂੰ ਵੀ ਉਨਾ ਹੀ ਦੁੱਖ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਲੀਪਾਪੋਤੀ ਕੀਤੀ ਜਾ ਰਹੀ ਹੈ, ਸਾਨੂੰ ਉਸ ਚੀਜ਼ ਦੇ ਉੱਤੇ ਆਬਜੈਕਸ਼ਨ ਹੈ। ਅਸੀਂ ਸਵਾਲ ਇਹ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਹਾਨੂੰ ਪਤਾ ਹੈ ਤਾਂ ਉਹ 10,000 ਉਹ ਜਿਹੜੇ ਤੁਹਾਡੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਦੂਸਰਾ, ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਤੁਹਾਡੇ ਧਿਆਨ 'ਚ ਹੋਵੇਗੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੀਤੇ ਵਰੇ ਇੱਕ ਬੜਾ ਵੱਡਾ ਇੱਕ ਈਵੈਂਟ ਕੀਤਾ ਗਿਆ ਸੀਗਾ, ਸਕੂਲੀ ਬੱਚਿਆਂ ਨੂੰ ਲੈ ਕੇ ਨਸ਼ਿਆਂ ਦੇ ਵਿਰੁੱਧ ਇੱਕ ਅਰਦਾਸ ਬੇਨਤੀ ਕੀਤੀ ਗਈ ਸੀ ਉੱਥੇ, ਉਹਦਾ ਸਟੇਟਸ ਕੀ ਹੈ? ਪੰਜਾਬ ਸਰਕਾਰ ਨੇ ਇੱਕ ਈਵੈਂਟ ਆਰਗੇਨਾਈਜ਼ ਕੀਤਾ ਸੀ, ਉਹਦਾ ਸਟੇਟਸ ਕੀ ਹੈ? ਮਾਨਸਾ ਅਕਸਰ ਹੀ ਕੋਈ ਸਟੇਟਮੈਂਟ ਦਿੰਦੇ ਨੇ ਔਰ ਦੂਸਰੇ ਤੀਸਰੇ ਦਿਨ ਉਸ ਸਟੇਟਮੈਂਟ ਨੂੰ ਯੂਟਰਨ ਲੈ ਲੈਂਦੇ ਨੇ, ਕਈ ਵਾਰੀ ਤਾਂ ਸੇਮ ਡੇ ਜਿਹੜਾ ਆਪਣੀ ਕਹੀ ਹੋਈ ਗੱਲ ਤੋਂ
ਵਾਪਸ ਜਿਹੜਾ ਹੈ ਉਹ ਫਿਰ ਜਾਂਦੇ ਨੇ। ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਜਦੋਂ ਕੋਈ ਸਟੇਟਮੈਂਟ ਦਿੰਦੇ ਹੋ ਤਾਂ ਉਹਦੇ ਪਿੱਛੇ ਉਹ ਤੱਥ ਜ਼ਰੂਰ ਹੋਣੇ ਚਾਹੀਦੇ ਨੇ। ਮਾਨ ਸਾਹਿਬ ਦੀ ਤਾਂ ਬੀਤੇ ਵਾਰੇ ਇੱਕ ਵੀ ਸਟੇਟਮੈਂਟ ਆਈ ਸੀ ਕਿ ਅਸੀਂ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਅਮਰੀਕਾ ਦੇ ਵਿੱਚ। ਉਹ ਪਾਉਂਦਾ ਫਿਰਦਾ ਅਗਲਾ ਕਿਕਲੀਆਂ, ਅਗਲਾ ਵੀਡੀਓ ਪਾ ਕੇ ਆਡੀਓ ਪਾ ਕੇ ਤੁਹਾਨੂੰ ਰੋਜ਼ ਮਜ਼ਾਕ ਕਰਦਾ। ਕੀ ਇੱਕ ਮੁੱਖ ਮੰਤਰੀ ਨੂੰ ਇੱਦਾਂ ਦੀਆਂ ਹਲਕੀਆਂ ਸਟੇਟਮੈਂਟਸ ਦੇਣੀਆਂ ਸ਼ੋਭਾ ਦਿੰਦੀਆਂ ਨੇ? ਮੁੱਖ ਮੰਤਰੀ ਸਾਹਿਬ ਧਿਆਨ ਭਟਕਾ ਰਹੇ ਨੇ ਜਿਹੜੀ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸਦਿਆਂ ਕਿ ਰੋਜ਼ ਰਾਤ ਨੂੰ ਹੁਣ ਜਿਹੜੇ ਪੀਕ ਆਵਰਸ ਨੇ ਉੱਥੇ ਬਿਜਲੀ ਜਿਹੜੀ ਹੈ ਉਹ ਰਾਤ ਨੂੰ 10 ਵਜੇ ਤੋਂ ਲੈ ਕੇ ਅਤੇ ਸਵੇਰੇ 6-7 ਵਜੇ ਤੱਕ ਬਿਜਲੀ ਜਿਹੜੀ ਹੈ ਤੁਹਾਨੂੰ ਜਿਹੜੀ ਡੋਮੈਸਟਿਕ ਹੈ, ਜਿਹੜੀ ਘਰਾਂ 'ਚ ਸਪਲਾਈ ਹੁੰਦੀ ਹੈ ਜਾਂ ਇੰਡਸਟਰੀਅਲ ਸਪਲਾਈ ਹੈ, ਉਹ ਮਹਿੰਗੀ ਕਰ ਦਿੱਤੀ ਗਈ ਹੈ। ਇਹ ਉਹਨੂੰ ਲੁਕਾਉਣ ਲਈ ਹੈ। ਇਹ ਸਟੇਟਮੈਂਟਸ ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸ ਕਰਕੇ ਸਿਵਾਏ ਮੁੱਦਿਆਂ ਤੋਂ ਭਟਕਾਉਣ ਦੇ, ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ, ਕੋਈ 13-0 ਦੇ ਉੱਤੇ ਤੁਹਾਡਾ ਮਜ਼ਾਕ ਨਾ ਉਡਾਵੇ ਉਹਦੇ ਉੱਤੇ, ਜਾਂ ਹਰ ਵਾਰ ਦੀ ਤਰ੍ਹਾਂ ਜੋ ਇਸ ਵਾਰ ਵੀ ਬਾਈ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਿੱਚ ਲੋਕਾਂ ਨੂੰ ਫਿਰ ਤੋਂ ਭ੍ਰਮਿਤ ਕਿੱਦਾਂ ਕੀਤਾ ਜਾਵੇ, ਇਹ ਉਹਦੇ ਕਰਕੇ ਸਿਰਫ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇੱਕ ਸੰਗਰੂਰ ਬਾਈ ਇਲੈਕਸ਼ਨ ਤੋਂ ਪਹਿਲਾਂ ਵਿਜੇ ਸਿੰਗਲਾ ਜੀ ਦੇ ਉੱਤੇ ਕਾਰਵਾਈ ਕੀਤੀ ਇਹਨਾਂ ਨੇ ਆਪਣੇ MLA ਦੇ ਉੱਤੇ, ਉਹਦਾ ਐਂਡ ਰਿਜ਼ਲਟ ਕੀ ਹੈ? ਮਾਨ ਸਾਹਿਬ ਕਹਿੰਦੇ ਸੀਗੇ ਕਿ ਮੇਰੇ ਕੋਲ ਉਹਦੇ ਸਾਰੇ ਸਬੂਤ ਨੇ, ਵੀਡੀਓਜ਼ ਨੇ, ਪਰ ਉਹ ਸਬੂਤ, ਉਹ ਵੀਡੀਓਜ਼ ਕਿਸੇ ਵੀ ਅਦਾਲਤ ਤੱਕ ਨਹੀਂ ਪਹੁੰਚ ਸਕੇ। ਉੱਥੇ ਜਾ ਕੇ ਜਿਹੜੇ ਸਰਕਾਰ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਇਹਦੇ ਵਿਰੁੱਧ ਕੋਈ ਪਰੂਫ ਨਹੀਂ। ਇਹ ਹਰ ਵਾਰ ਜਦੋਂ ਵੀ ਕੋਈ ਇਲੈਕਸ਼ਨ ਨੇੜੇ ਹੋਣੀ ਹੁੰਦੀ ਹੈ, ਕੋਈ ਇਲੈਕਸ਼ਨ ਆਉਣ ਵਾਲੀ ਹੁੰਦੀ ਹੈ, ਹਮੇਸ਼ਾ ਮਾਨ ਸਾਹਿਬ ਕੋਈ ਨਾ ਕੋਈ ਇੱਦਾਂ ਦੀ ਖੇਡ ਜਿਹੜੀ ਉਹ ਖੇਡਦੇ ਨੇ। ਇੱਕ ਕਮੇਟੀ ਬਣੀ ਸੀਗੀ ਨਸ਼ਿਆਂ ਨੂੰ ਲੈ ਕੇ, ਉਹਦੇ ਜਿਹੜੇ ਉਹ ਲਿਫਾਫੇ ਬੰਦ ਹੋ ਕੇ ਕੋਰਟ ਦੇ ਵਿੱਚ ਬੜਾ ਚਿਰ ਪਏ ਰਹੇ, ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਕਿ ਸਰਕਾਰ ਜਿਹੜੀ ਹੈ ਇਹਨਾਂ ਨੂੰ ਲਿਫਾਫਿਆਂ ਨੂੰ ਖੋਲ੍ਹੇ, ਔਰ ਜਿਨ੍ਹਾਂ ਜਿਨ੍ਹਾਂ ਦੇ ਵੀ ਉਹਦੇ ਵਿੱਚ ਨਾਂ ਨੇ ਉਹਨਾਂ 'ਤੇ ਕਾਰਵਾਈ ਕਰੇ। ਅਤੇ ਮਾਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਉਦੋਂ ਵੀ ਕੀਤੀ ਸੀ ਔਰ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਮੈਨੂੰ ਪਤਾ ਹੈ, ਮੈਂ ਨਾਂ ਸਾਰਿਆਂ ਦੇ ਪੜ੍ਹ ਲਏ ਨੇ, ਹੁਣ ਮੈਂ ਵੇਖੂੰਗਾ ਕਿ ਮੈਂ ਕੀ ਕਰਨਾ ਹੈ, ਮੈਂ ਉਹਨਾਂ 'ਤੇ ਕਾਰਵਾਈ ਕਰੂੰਗਾ। ਪਰ ਅੱਜ ਤੱਕ ਉਹ ਲਿਫਾਫਿਆਂ 'ਚ ਕਿਹਦੇ ਨਾਂ ਨਿਕਲੇ ਉਹਨਾਂ ਫਾਈਲਾਂ ਦੇ ਵਿੱਚ, ਕਿਹਦੇ 'ਤੇ ਕਾਰਵਾਈ ਹੋਣੀ ਸੀ, ਕਿਹਦੇ 'ਤੇ ਨਹੀਂ ਹੋਣੀ ਸੀ, ਕਿਸੇ ਨੂੰ ਉਹਦੇ ਬਾਰੇ ਕੁਛ ਨਹੀਂ ਪਤਾ। ਇਹ ਦੋ ਹੀ ਲੋਕ ਜਾਣਦੇ ਨੇ, ਜਾਂ ਤਾਂ ਰੱਬ ਜਾਣਦਾ ਜਾਂ ਮਾਨ ਸਾਹਿਬ ਜਾਣਦੇ ਨੇ ਕਿ ਇਹ ਉਹ ਲਿਫਾਫਿਆਂ ਦੇ ਵਿੱਚ, ਬੰਦ ਲਿਫਾਫਿਆਂ 'ਚ ਫਾਈਲਾਂ ਦੇ ਉੱਤੇ ਕਿਹਦਾ ਨਾਂ ਸੀ। ਇੱਕ ਮਿਡਲ ਰੈਂਕ ਅਫਸਰ ਰਾਜੀ ਸਿੰਘ, ਜਿਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਸੀ, ਉਹਨਾਂ ਦੇ ਕੋਲ ਪੁਲਿਸ ਦੀ ਸਿਕਿਉਰਿਟੀ ਵੀ ਸੀ, ਉਹ ਇੱਕਦਮ ਕਿਤੇ ਗਾਇਬ ਹੋ ਗਏ। ਅਜੇ ਤੱਕ ਉਹ ਤਾਂ ਇਹਨਾਂ ਕੋਲੋਂ ਕਿਤੇ ਫੜੇ ਨਹੀਂ ਗਏ ਜਾਂ ਉਹਨਾਂ 'ਤੇ ਟਰੇਸ ਨਹੀਂ ਹੋਏ। ਅਤੇ ਕਿਹੜੀ ਚੀਜ਼ ਦੀ ਇਹ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ? ਹੁਣ ਆ ਜਾਈਏ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਪ੍ਰੈਸ ਕਾਨਫਰੰਸ ਕਰਨ ਦਾ, ਕਿ ਕੰਗ ਸਾਹਿਬ ਨੇ ਜਿਹੜੇ ਇਲਜ਼ਾਮ ਲਗਾਏ ਪੰਜਾਬ ਕਾਂਗਰਸ ਦੇ
ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੇ। ਵੇਖੋ ਪੰਜਾਬ ਦੇ ਵਿੱਚ ਇਹ ਜਿਹੜੀਆਂ ਚੋਣਾਂ ਸੀ ਇਹ ਬੜੀਆਂ ਫੈਸਲਾਕੁੰਨ ਚੋਣਾਂ ਸੀ ਔਰ ਕਾਂਗਰਸ ਨੇ ਇਹਦੇ ਵਿੱਚੋਂ 13 ਦੇ ਵਿੱਚੋਂ 7 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਦੀ ਝੋਲੀ ਪਾਈਆਂ ਔਰ ਅਸੀਂ ਧੰਨਵਾਦੀ ਹਾਂ ਪੰਜਾਬੀਆਂ ਦੇ ਔਰ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਸਾਰੇ ਵਰਕਰ ਸਾਹਿਬਾਨਾਂ ਨੇ ਜਿਨ੍ਹਾਂ ਨੇ ਭਰੋਸਾ ਦਿਖਾਇਆ ਆਪਣੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੇ ਉੱਤੇ। ਵੜਿੰਗ ਸਾਹਿਬ ਦੀ ਇਸ ਜਿਹੜੀ 7 ਸੀਟਾਂ ਦੀ ਜਿੱਤ ਹੈ ਉਹਦੇ ਤੋਂ ਤਿਲਮਿਲਾ ਗਈ ਹੈ ਸਰਕਾਰ ਔਰ ਐਸੀ ਉੱਚੀਆਂ ਹਰਕਤਾਂ ਦੇ ਉੱਤਰ ਆਈ ਹੈ ਕਿ ਉਹ ਇੱਕ ਸਟੇਟਮੈਂਟ ਦੇ ਉੱਤੇ ਪ੍ਰੈਸ ਕਾਨਫਰੰਸ ਕਰਨ ਲਈ ਬੈਠ ਜਾਂਦੇ ਨੇ ਕੰਗ ਸਾਹਿਬ। ਦੇਖੋ ਕੰਗ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਰੋਜ਼ PC ਕਰਦੇ ਸੀ, ਕਦੀ ਮੁੱਦਿਆਂ 'ਤੇ ਵੀ ਕਰਦੇ ਸੀ ਔਰ ਜ਼ਿਆਦਾਤਰ ਗੈਰ ਮੁੱਦਿਆਂ ਦੇ ਉੱਤੇ ਹੀ ਤੁਸੀਂ ਰੋਜ਼ PC ਕਰ ਦਿੰਦੇ ਸੀ, ਪਰ ਚਲੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਗਿਆ, ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਗਏ ਹੋ। ਹੁਣ ਮੇਰੇ ਖਿਆਲ ਨਾਲ ਤੁਹਾਨੂੰ ਥੋੜ੍ਹਾ ਜਿਹਾ ਸੰਜੀਦਾ ਹੋਣਾ ਚਾਹੀਦਾ, ਮੁੱਦਿਆਂ ਦੇ ਉੱਤੇ ਆਓ। ਜਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਸਰਕਾਰ ਬਣਾਈ ਸੀ, ਬੀਬੀਆਂ ਦਾ 1,000 ਰੁਪਈਆ ਜਿਹੜਾ ਤੁਸੀਂ ਉਹਨਾਂ ਨੂੰ ਝੂਠ ਬੋਲਿਆ, ਨਸ਼ੇ ਜਿਹੜੇ ਹੈ ਉਹ ਤੁਹਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਅਸੀਂ ਖਤਮ ਕਰ ਦਿਆਂਗੇ, ਅੱਜ 2 ਸਾਲਾਂ ਬਾਅਦ ਮਾਨ ਸਾਹਿਬ ਨੂੰ ਜਿਹੜਾ ਇੱਕਦਮ ਜਿਹੜੀ ਉਹ ਚਾਨਣ ਹੋਇਆ ਕਿ ਨਸ਼ੇ ਬਹੁਤ ਵੱਧ ਗਏ ਨੇ, ਲੋ ਐਂਡ ਆਰਡਰ, ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਇੰਟਰਵਿਊਜ਼ ਦਿੰਦੇ ਨੇ ਔਰ ਤੁਸੀਂ ਕਹਿੰਦੇ ਹੋ ਸਾਨੂੰ ਪਤਾ ਹੀ ਨਹੀਂ, ਇਹ ਸਾਡੀ ਜੇਲ੍ਹ ਦੀ ਹੈ ਹੀ ਨਹੀਂ, ਇਹ ਹੁਲੀਆ ਹੀ ਨਹੀਂ ਸੀ, ਔਰ ਅਗਲੇ ਦਿਨ ਉਹ ਫਿਰ ਦੁਬਾਰਾ ਜਿਹੜਾ ਹੁਲੀਆ ਤੁਸੀਂ ਦਿਖਾਉਂਦੇ ਹੋ ਉਸੇ ਹੁਲੀਏ ਦੇ ਵਿੱਚ ਅਗਲਾ ਇੰਟਰਵਿਊ ਦੁਬਾਰਾ ਦਿੰਦਾ ਕਿ ਆ ਲਓ ਜੀ ਇਹ ਹੁਲੀਆ ਕਹਿੰਦੇ ਸੀ ਹੁਣ ਇਹਦੇ 'ਚ ਇੰਟਰਵਿਊ ਲਓ। ਨਸ਼ਾ ਕਈ ਗੁਣਾ ਵੱਧ ਗਿਆ ਪੰਜਾਬ ਦੇ ਵਿੱਚ। ਇਹ MLA ਨੇ ਇਹਨਾਂ ਦੇ ਅੰਮ੍ਰਿਤਸਰ ਤੋਂ, ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਇੱਕ ਆਪਣੇ MLA ਲਾ ਰਹੇ ਨੇ, ਕਰੋ ਕਾਰਵਾਈ। ਵੜਿੰਗ ਸਾਹਿਬ ਨੂੰ ਤਾਂ ਤੁਸੀਂ ਕਹਿ ਦਿੱਤਾ ਭਾਈ ਤੁਹਾਡੀ ਕੀ ਮਿਲੀ ਭੁਗਤ ਹੈ, ਹੁਣ ਅਸੀਂ ਤੁਹਾਨੂੰ ਸਵਾਲ ਕਰਦੇ ਹਾਂ ਕਿ ਤੁਹਾਡੇ ਦੋ ਆਪਣੇ 2 MLA ਤੁਹਾਡੇ ਉੱਤੇ ਇਲਜ਼ਾਮ ਲਾ ਰਹੇ ਨੇ, ਹੁਣ ਸਾਨੂੰ ਤੁਸੀਂ ਇਹ ਦੱਸੋ ਵੀ ਤੁਹਾਡੀ ਨਸ਼ਾ ਤਸਕਰਾਂ ਦੇ ਨਾਲ ਕੀ ਮਿਲੀ ਭੁਗਤ ਹੈ, ਤੁਸੀਂ ਕਾਰਵਾਈ ਕਰੋ। ਤੁਸੀਂ ਲੋਕਾਂ ਦੇ ਵਿੱਚ ਇਸ ਗੱਲ ਨੂੰ ਜਨਤਕ ਕਰੋ ਕਿ ਕਿਹਦੀ ਕੀ ਸ਼ਮੂਲੀਅਤ ਹੈ। ਮੈਂ ਕਹਿੰਦਾ ਤੁਸੀਂ ਆਪਣੇ ਜਿਹੜੇ ਤੁਹਾਡੇ 90-92 MLA ਨੇ ਉਹਨਾਂ ਸਾਰਿਆਂ ਦੀ ਹੀ ਇੱਕ ਵਾਰੀ ਜਿਹੜਾ ਚੰਗੀ ਤਰ੍ਹਾਂ ਪੜਚੋਲ ਕਰ ਲਓ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ। ਵੜਿੰਗ ਸਾਹਿਬ 7 ਸੀਟਾਂ ਜਿੱਤ ਕੇ ਆਏ ਨੇ, ਸਾਨੂੰ ਪਤਾ ਹੈ ਤੁਹਾਡੀ ਤਕਲੀਫ, ਤੁਸੀਂ 13-0 ਕਹਿੰਦੇ ਸੀ, ਵੜਿੰਗ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ 7 ਸੀਟਾਂ ਜਿੱਤੇ ਹਾਂ। ਵੜਿੰਗ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਨੇ ਬਹੁਤ ਬਿਹਤਰੀਨ ਜਿਹੜੀ ਆ ਉਹ ਪਰਫੋਰਮੈਂਸ ਆਪਣੀ ਦਿੱਤੀ ਹੈ ਚੋਣਾਂ ਦੇ ਵਿੱਚ। ਸਾਡੇ ਸੰਗਠਨ ਨੇ ਮਿਹਨਤ ਕੀਤੀ ਹੈ, ਸਾਡੇ ਕੈਡਰ ਨੇ ਮਿਹਨਤ ਕੀਤੀ ਹੈ, ਸਾਡੇ ਲੀਡਰ ਸਾਹਿਬਾਨਾਂ ਨੇ ਮਿਹਨਤ ਕੀਤੀ ਹੈ, ਤੁਹਾਨੂੰ ਉਹ ਤਕਲੀਫ ਹੈ। ਔਰ ਦੂਸਰਾ ਇੱਕ ਬੜਾ ਗੰਭੀਰ ਮੁੱਦਾ ਹੈ ਔਰ ਉਹ ਮੁੱਦਾ ਇਹ ਹੈ ਕਿ ਤੁਸੀਂ ਜਦੋਂ ਕੱਲ੍ਹ ਇਸੇ ਸਟੇਟਮੈਂਟ ਦੇ ਨਾਲ ਵੜਿੰਗ ਸਾਹਿਬ ਨੇ ਇੱਕ ਹੋਰ ਸਟੇਟਮੈਂਟ ਦਿੱਤੀ ਸੀ ਕਿ ਜਿਹੜਾ ਤੁਸੀਂ NSA ਚੁੱਪ ਚੁਪੀਤੇ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ 1 ਸਾਲ ਹੋਰ ਐਕਸਟੈਂਡ ਕਰ ਦਿੱਤੀ ਹੈ,
ਉਸ ਚੀਜ਼ ਨੂੰ ਜਿਹੜਾ ਮੇਨ ਮੁੱਖ ਧਾਰਾ ਦੇ ਵਿੱਚੋਂ ਖਬਰਾਂ ਦੇ ਵਿੱਚੋਂ ਗਾਇਬ ਕਰਨ ਲਈ ਤੁਸੀਂ ਜਿਹੜਾ ਇਹ ਸ਼ਗੂਫਾ ਛੱਡਿਆ ਕਿ ਤੀਰ ਜਿਹੜਾ ਤੁਸੀਂ ਸਿੱਧਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਵੱਲ ਨੂੰ ਕਰ ਦਿੱਤਾ। ਕਾਂਗਰਸ ਪਾਰਟੀ ਦਾ ਪ੍ਰਧਾਨ ਅਤੇ ਜਿਹੜੀ ਇੱਕ ਜਾਬਰ ਇੱਕ ਹੋਰ ਸਰਕਾਰ ਹੁੰਦੀ ਸੀ ਅਕਾਲੀ ਦਲ ਭਾਜਪਾ ਦੀ, ਉਹਦੇ ਕੋਲੋਂ ਨਹੀਂ ਦੱਬਿਆ, ਉਹਦੇ ਕੋਲੋਂ ਨਹੀਂ ਡਰਿਆ, ਅਤੇ ਤੁਸੀਂ ਡਰਾਉਂਗੇ ਉਹਨੂੰ? ਕਿਸੇ ਦੀ ਹਿੰਮਤ ਸੀ ਕਿ ਬਾਦਲਾਂ ਦੀਆਂ ਬੱਸਾਂ ਨੂੰ ਹੱਥ ਪਾ ਕੇ ਵਿਖਾਵੇ? ਕਿੰਨੇ ਰੋਕੀਆਂ? ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਦੀ ਕੋਈ ਦੀ ਗੱਲ ਹੋਈ ਹੈ ਤਾਂ ਸਭ ਤੋਂ ਅੱਗੇ ਪੰਜਾਬ ਕਾਂਗਰਸ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਧਰਨੇ ਲਾਏ ਨੇ, ਮੁਜ਼ਾਹਰੇ ਕੀਤੇ ਨੇ, ਸਰਕਾਰ ਦੇ ਗਲਤ ਫੈਸਲਿਆਂ ਨੂੰ ਚੈਲੰਜ ਕੀਤਾ। ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਤੱਕ ਤੁਸੀਂ ਪੰਜਾਬ ਦੇ ਹਿੱਤ ਲਈ ਕੋਈ ਇੱਕ ਵੀ ਐਸਾ ਕੰਮ ਕੀਤਾ ਹੋਵੇ ਜਿਹੜਾ ਤੁਸੀਂ ਗਿਣਾ ਸਕੋ? ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾ ਦੇਣਾ ਬਹੁਤ ਸੌਖੀ ਗੱਲ ਹੈ ਕੰਗ ਸਾਹਿਬ, ਪ੍ਰੂਵ ਕਰਨਾ ਬਹੁਤ ਮੁਸ਼ਕਲ ਹੈ। ਪ੍ਰੂਫ ਤਾਂ ਤੁਸੀਂ ਅੱਜ ਤੱਕ ਤੁਹਾਡੇ ਕੇਜਰੀਵਾਲ ਸਾਹਿਬ ਨੇ ਵੀ ਇੱਕ ਫਾਈਲ 2013 ਦੇ ਵਿੱਚ ਇੱਦਾਂ ਇੱਕ ਕੱਛੇ ਮਾਰੀ ਹੁੰਦੀ ਸੀਗੀ ਕਿ ਜੀ ਮੇਰੇ ਪਾਸ ਇਹ ਫਾਈਲ ਹੈ ਇਤਨੀ ਬੜੀ, ਸ਼ੀਲਾ ਦੀਕਸ਼ਿਤ ਮਰਹੂਮ ਨੇ ਸਾਡੇ ਨੇਤਾ ਹੁਣ, ਕਿ ਮੇਰੇ ਪਾਸ ਕਰਪਸ਼ਨ ਕੀ ਫਾਈਲਾਂ ਹੈ, ਕਿੱਥੇ ਹੈ ਉਹ ਫਾਈਲ? ਛੂਟ ਅਤੇ ਸਕੂਟ ਦੀ ਰਾਜਨੀਤੀ ਨਾ ਕਰੋ, ਇਲਜ਼ਾਮ ਲਾ ਕੇ ਭੱਜਣ ਵਾਲਾ ਕੰਮ ਨਾ ਕਰੋ। ਜੇ ਵੜਿੰਗ ਸਾਹਿਬ ਨੇ ਇਹ ਸਟੇਟਮੈਂਟ ਦਿੱਤੀ ਸੀ ਤਾਂ ਉਹਨਾਂ ਨੇ ਬੜੇ ਸੋਚ ਸਮਝ ਕੇ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਕੋਈ ਬਲੈਕ ਸ਼ੀਪਸ ਪੁਲਿਸ ਜਿਹੜੇ ਮੁਲਾਜ਼ਮ ਨੇ ਜਿਹੜੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲਵਮੈਂਟ ਹੈ ਜਿਨ੍ਹਾਂ ਦੀ, ਤੁਸੀਂ ਉਹਨਾਂ ਦੇ ਚੱਕਰ ਦੇ ਵਿੱਚ ਜਿਹੜੀ ਸਾਰੀ ਪੰਜਾਬ ਦੀ ਪੁਲਿਸ ਹੈ, ਜਿਹੜੀ ਸਾਡੀ ਡਿਫੈਂਸ ਲਾਈਨ ਹੈ ਜਿਹੜੀ ਪੰਜਾਬ ਦੀ, ਜਿਹੜੇ ਸਾਡੇ ਰਖਵਾਲੇ ਵੀ ਨੇ, ਤੁਸੀਂ ਉਹਨਾਂ ਸਾਰਿਆਂ ਨੂੰ ਇੱਕ ਹੀ ਸੂਈ ਦੇ ਨੱਕੇ ਦੇ ਵਿੱਚੋਂ ਨੰਘਾ ਰਹੇ ਹੋ। ਜਿਹੜਾ ਇੱਕ ਮੁਲਾਜ਼ਮ ਵਿਚਾਰਾ 24 ਘੰਟੇ ਡਿਊਟੀ ਕਰਕੇ ਆਪਣਾ ਬੱਚਾ ਪਾਲ ਰਿਹਾ, ਆਪਣਾ ਪਰਿਵਾਰ ਪਾਲ ਰਿਹਾ, ਤੁਸੀਂ ਉਹਦੇ 'ਤੇ ਵੀ ਇਲਜ਼ਾਮ ਲਾਤਾ? ਜਿਹੜਾ ਮਿਹਨਤ ਕਰਕੇ ਆਪਣੀ ਡਿਊਟੀ ਕਰਕੇ ਆਪਣੀ ਜਿਹੜੀ ਹੈ ਉਹ ਲਾਈਫ ਚਲਾ ਰਿਹਾ, ਤੁਸੀਂ ਉਹਦੇ 'ਤੇ ਵੀ ਇਲਜ਼ਾਮ ਲਾਤਾ? ਜੇ ਤੁਸੀਂ ਇੰਨੇ ਹੀ ਤੁਹਾਨੂੰ ਪਤਾ ਹੈ ਕਿ ਕੌਣ ਇਹਦੇ ਵਿੱਚ ਇਨਵੋਲਵਡ ਹੈ, ਤੁਸੀਂ ਉਹਦੇ 'ਤੇ ਕਾਰਵਾਈ ਕਰੋ, ਨਾ ਕਿ ਤੁਸੀਂ ਸਾਰੀ ਪੁਲਿਸ ਫੋਰਸ ਨੂੰ ਬਦਨਾਮ ਕਰੋ। ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ, ਇਸ ਚੀਜ਼ ਦਾ ਵਿਰੋਧ ਕੀਤਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਇਨਵੋਲਵ ਹੈ ਉੱਤੇ ਕਾਰਵਾਈ ਕਰੋ, ਸਾਰੀ ਪੁਲਿਸ ਨੂੰ ਤੁਸੀਂ ਬਦਨਾਮ ਨਾ ਕਰੋ। ਇਹਦੇ ਪਿੱਛੇ ਤੱਤ ਸੀ। ਹੁਣ ਜਾਂਦੇ ਜਾਂਦੇ ਇੱਕ ਨਸ਼ੇ ਦੀ ਗੱਲ ਹੀ ਕਰ ਲਈਏ ਕਿ ਮਾਮਲਾ ਪੁਰਾਣਾ ਹੈ, ਬਹੁਤ ਇਹਦੇ 'ਤੇ ਪ੍ਰੈਸ ਕਾਨਫਰੰਸਿਸ ਵੀ ਹੋ ਚੁੱਕੀਆਂ ਨੇ, ਔਰ ਉਹ ਪ੍ਰੈਸ ਕਾਨਫਰੰਸਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਉੱਠੇ। ਇਹ ਮਾਮਲਾ ਹੈ ਬਿਕਰਮ ਸਿੰਘ ਮਜੀਠੀਆ ਹੋਣਾ ਵਾਲਾ, ਜਿਹਦੇ 'ਚ ਬੋਰਡ ਲਾ ਲਾ ਕੇ ਲੋਕਾਂ ਨੂੰ ਦੱਸਦੇ ਹੁੰਦੇ ਸੀ 2017 ਤੋਂ ਪਹਿਲਾਂ
ਕਿ ਇੱਕ ਵਾਰ ਨਹੀਂ ਹਜ਼ਾਰ ਵਾਰ ਕਹੇਗੇ, ਦਸ ਹਜ਼ਾਰ ਵਾਰ ਕਹੇਗੇ ਕਿ ਬਿਕਰਮ ਮਜੀਠੀਆ ਨਸ਼ੇ ਕੇ ਸੌਦਾਗਰ ਹੈ। ਫਿਰ ਇੱਕ ਲਿਖਤੀ ਮਾਫ਼ੀਨਾਮਾ ਵੀ ਹੈ ਕੇਜਰੀਵਾਲ ਸਾਹਿਬ ਦਾ, ਉਹ ਵੀ ਬਿਕਰਮ ਮਜੀਠੀਆ ਉਹਨਾਂ ਤੋਂ ਮਾਫ਼ੀ ਮੰਗੀ ਸੀ। ਕੀ ਯਕੀਨ ਕਰੀਏ ਇਹਨਾਂ 'ਤੇ ਕਿ ਇਹ ਨਸ਼ੇ ਨੂੰ ਠੱਲ ਪਾਉਣਗੇ? ਇੱਕ ਬੰਨੇ 'ਤੇ ਕਹਿੰਦੇ ਨੇ ਕਿ ਫਲਾਣਾ ਨਸ਼ੇ ਦਾ ਵਪਾਰੀ ਹੈ, ਇਲਜ਼ਾਮ ਲਾਉਂਦੇ ਨੇ, ਫਿਰ ਮਾਫ਼ੀਆਂ ਵੀ ਮੰਗਦੇ ਨੇ। ਫਿਰ ਇਹਨਾਂ ਦੀ ਸਰਕਾਰ ਦੀ ਅਗਲੀ ਤੁਹਾਨੂੰ ਕਾਰਗੁਜ਼ਾਰੀ ਦੱਸ ਦਿੰਦੇ ਹਾਂ। ਇਹ ਬਿਕਰਮ ਮਜੀਠੀਆ ਉਹਨਾਂ ਨੂੰ ਜਿਹੜੇ ਇਸ ਸਿੱਟ ਦੇ ਮੁਖੀ ਨੇ, ਇਹ ਬੀਤੇ 18 ਤਰੀਕ ਨੂੰ ਪੇਸ਼ ਹੋਣਾ ਸੀਗਾ ਉਹਨਾਂ ਨੇ ਸਿੱਟ ਦੇ ਸਾਹਮਣੇ, ਅਤੇ ਸਿੱਟ ਦੇ ਜਿਹੜੇ ਮੁਖੀ ਨੇ ਹਰਚਰਨ ਸਿੰਘ ਭੁੱਲਰ ਸਾਹਿਬ, ਉਹਨਾਂ ਨੇ ਕਿਹਾ ਕਿ ਕੁਛ ਜਿਹੜੀਆਂ ਇੰਗੇਜਮੈਂਟਸ ਦੇ ਕਰਕੇ ਅਸੀਂ ਉਹਨਾਂ ਨੂੰ ਅਜੇ ਇਨਵੈਸਟੀਗੇਸ਼ਨ ਲਈ ਬੁਲਾ ਨਹੀਂ ਸਕਦੇ ਮਜੀਠੀਆ ਸਾਹਿਬ ਨੂੰ। ਅਤੇ ਨਾਲ ਹੀ ਇਹ ਖਬਰ ਆਉਂਦੀ ਹੈ ਕਿ ਥੋੜ੍ਹੇ ਦੋ ਤਿੰਨ ਦਿਨ ਬਾਅਦ ਹੀ ਉਹਨਾਂ ਦੇ ਵਕੀਲ ਨੇ ਹਾਈ ਕੋਰਟ ਤੋਂ ਮਜੀਠੀਆ ਸਾਹਿਬ ਨੂੰ ਰਾਹਤ ਲੈ ਕੇ ਦਿੱਤੀ 8 ਜੁਲਾਈ ਤੱਕ। ਮਤਲਬ ਫਿਰ ਸਾਡੀ ਕੋਈ ਸ਼ਮੂਲੀਅਤ ਹੈ ਨਸ਼ੇ ਦੇ ਕਾਰੋਬਾਰ ਦੇ ਵਿੱਚ, ਜਾਂ ਫਿਰ ਤੁਹਾਡੀ ਸ਼ਮੂਲੀਅਤ ਹੈ, ਤੁਸੀਂ ਕਿਉਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜੇ ਤੁਸੀਂ ਕਹਿੰਦੇ ਸੀ ਕਿ ਬਿਕਰਮ ਮਜੀਠੀਆ ਨਸ਼ੇ ਦਾ ਸੌਦਾਗਰ ਹੈ, ਤਾਂ ਉਹਨੂੰ ਜੇਲ੍ਹ 'ਚ ਫੜ ਕੇ ਕਿਹਨੇ ਪਾਇਆ? ਕਾਂਗਰਸ ਪਾਰਟੀ ਦੀ ਸਰਕਾਰ ਨੇ, ਔਰ ਉਹਦਾ ਕੇਸ ਕਮਜ਼ੋਰ ਕਰਕੇ ਉਹਨੂੰ ਬਾਹਰ ਕੱਢਣ ਦੀ ਲਈ ਉਹਦੀ ਹੈਲਪ ਕਿਹਨੇ ਕੀਤੀ, ਮਦਦ ਕਿਹਨੇ ਕੀਤੀ? ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਪੰਜਾਬ ਦੇ ਲੋਕ ਸਮਝਦਾਰ ਨੇ। ਬਦਲਾਅ ਦੇ ਚੱਕਰ 'ਚ ਇੱਕ ਜ਼ਰੂਰ ਫੈਸਲਾ ਗਲਤ ਉਹਨਾਂ ਕੋਲੋਂ ਹੋ ਗਿਆ ਸੀਗਾ ਕਿ ਤੁਹਾਨੂੰ 92 MLA ਜਿਤਾ ਕੇ ਦੇ ਦਿੱਤੇ, ਪਰ ਹੁਣ ਤੁਹਾਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਪੰਜਾਬ ਦੇ ਲੋਕਾਂ ਨੇ ਕਰ ਦਿੱਤਾ। ਔਰ ਰਹਿੰਦੀ ਖੂੰਹਦੀ ਕਸਰ ਜਿਹੜੀ ਹੈ, ਜੇ ਬਾਈ ਚਾਂਸ ਤੁਸੀਂ 27 ਤੱਕ ਸਰਕਾਰ ਖਿੱਚ ਧੂ ਕੇ ਲੈ ਗਏ, ਤਾਂ ਉਦੋਂ ਵੀ ਤੋਕ ਤੁਹਾਨੂੰ ਬਿਲਕੁਲ ਐਂ ਸਾਫ਼ ਕਰਕੇ ਰੱਖ ਦੇਣਗੇ। ਪੰਜਾਬ ਕਰਜ਼ੇ ਦੀ ਮਾਰ ਹੇਠ ਡੁੱਬਿਆ ਜਾ ਰਿਹਾ। 30,000 ਕਰੋੜ ਰੁਪਈਆ ਪਾਵਰ ਸਬਸਿਡੀ ਦਾ PSPCL ਦਾ ਜਿਹੜਾ ਉਹ ਤੁਹਾਡੇ ਵੱਲ ਬਕਾਇਆ ਖੜ੍ਹਾ। ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ, ਤੁਹਾਡੇ ਕੋਲ ਬਿਜਲੀ ਸਪਲਾਈ ਦਿੱਤੀ ਨਹੀਂ ਜਾ ਰਹੀ, ਪਾਵਰ ਕੱਟ ਲੱਗ ਰਹੇ ਨੇ। ਅਸਲੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਤੁਸੀਂ ਫਿਰ ਤੋਂ ਇਲੈਕਸ਼ਨ ਦਾ ਉਹ ਸਟੰਟ ਕਰਨਾ ਚਾਹੁੰਦੇ ਹੋ, ਪਰ ਹੁਣ ਲੋਕ ਉਸ ਚੀਜ਼ ਨੂੰ ਨਕਾਰ ਦੇਣਗੇ। ਆ ਲਾਸਟ ਦੇ ਵਿੱਚ ਤੁਹਾਡੇ ਨਾਲ ਇੱਕ ਜਾਣਕਾਰੀ ਹੋਰ ਸਾਂਝੀ ਕਰਦਿਆਂ, ਇਹ ਮੈਂ ਇਹਨਾਂ ਦੀ, ਤੁਸੀਂ ਵੀ ਸਾਰੇ ਜ਼ਰੂਰ ਇਹਨਾਂ ਦੇ ਪੇਜ 'ਤੇ ਜਾਇਓ, ਆਮ ਆਦਮੀ ਪਾਰਟੀ ਦਾ ਜਿਹੜਾ ਅਫੀਸ਼ੀਅਲ ਪੇਜ ਹੈ ਫੇਸਬੁੱਕ ਦਾ, ਉਹਦੇ ਉੱਤੇ ਇਹ ਪ੍ਰੈਸ ਕਾਨਫਰੰਸ ਜਿਹੜੀ ਮਾਨ ਸਾਹਿਬ ਨੇ ਪਰਸੋਂ ਕੀਤੀ, ਇਹ ਉਹਦੀਆਂ ਤਸਵੀਰਾਂ ਨੇ, ਪਿੱਛੇ ਪਾਰਟੀ ਦਾ ਬੈਨਰ ਦਿਖ ਰਿਹਾ। ਅਤੇ ਜਦੋਂ ਸਵਾਲ ਲੋਕਾਂ ਵੱਲੋਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਗਏ ਕਿ ਇੱਕ ਪੁਲਿਸ ਦਾ ਮੁਖੀ ਕਿਵੇਂ ਜਿਹੜਾ ਬਹਿ ਕੇ ਕਰ ਸਕਦਾ ਇੱਕ ਪ੍ਰੈਸ ਕਾਨਫਰੰਸ, ਅਤੇ ਜਿਹੜਾ ਵੀਡੀਓ ਪੋਸਟ ਕੀਤਾ ਗਿਆ ਹੈ ਫੇਸਬੁੱਕ ਪੇਜ ਦੇ ਉੱਤੇ, ਉਹਦੇ ਪਿੱਛੋਂ ਐਡਿਟ ਕਰਕੇ ਅਤੇ ਇਹ ਉਡਾ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ, ਜਿਹੜਾ ਪਿੱਛੇ ਇਹਨਾਂ ਦੀ ਫਲੈਕਸ ਸੀ, ਬੈਕਡ੍ਰੋਪ ਸੀ। ਹੁਣ ਸਵਾਲ ਇਹ ਹੈ ਕਿ ਜਿਹੜੀ ਪਾਰਟੀ ਇਸ ਤਰੀਕੇ ਦੀਆਂ ਛੋਟੀਆਂ ਛੋਟੀਆਂ, ਮੈਂ ਸਮਝਦਾ ਕਿ ਜਿਹੜੀਆਂ ਆਪਾਂ ਛੋਟੇ ਬੱਚੇ ਕਰਦੇ ਨੇ, ਇਸ ਤਰੀਕੇ ਦੀਆਂ ਜਿਹੜੀਆਂ ਕੁਝ ਜਿਹੀਆਂ ਸ਼ਰਾਰਤਾਂ ਕਰਦੀ ਹੈ, ਕਿ
ਉਹ ਇੱਕ ਐਡੇ ਸੈਂਸਿਟਿਵ ਸੂਬੇ ਦੀ ਜਿਹੜੀ ਸਰਕਾਰ ਹੈ ਉਹਨੂੰ ਚਲਾ ਸਕਦੀ ਹੈ? ਕੀ ਜਿਹੜਾ ਸੂਬਾ ਜਿਹੜਾ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੈ, ਜਿਹੜਾ ਬੜਾ ਸੈਂਸਿਟਿਵ ਹੈ, ਕੀ ਐਸੀ ਸਰਕਾਰ ਉਹਦੀ ਵਾਗਡੋਰ ਸੰਭਾਲ ਸਕਦੀ ਹੈ? ਇਹ ਪੰਜਾਬੀਆਂ ਨੇ ਫੈਸਲਾ ਕਰਨਾ ਹੈ। ਔਰ ਸਾਡੀਆਂ ਅੱਜ ਜਿਹੜੀ ਮੰਗ ਹੈ ਉਹ ਸਵਾਲ ਨੇ, ਉਹ ਸਵਾਲ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਰਿਹਾ, ਔਰ ਇਹਦਾ ਜਵਾਬ ਮੈਂ ਕੰਗ ਸਾਹਿਬ ਤੋਂ ਉਮੀਦ ਕਰੂੰਗਾ ਕਿ ਉਹ ਆਪਣੀ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਣ। ਜਿਹੜੇ 10,000 ਮੁਲਾਜ਼ਮਾਂ ਦਾ ਜ਼ਿਕਰ ਮੁੱਖ ਮੰਤਰੀ ਸਾਹਿਬ ਨੇ ਕੀਤਾ, ਉਹਨਾਂ 'ਤੇ ਕਾਰਵਾਈ ਕਰਕੇ ਉਹਨਾਂ ਦੇ ਨਾਮ ਜਨਤਕ ਕਰਨ, ਇੱਕ। ਦੂਸਰਾ ਜਿਹੜਾ ਸਵਾਲ ਇਹਨਾਂ ਦੇ ਆਪਣੇ MLA ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਚੁੱਕਿਆ, ਉੱਤੇ ਕਾਰਵਾਈ ਕਰਕੇ ਉਹਨੂੰ ਜਨਤਕ ਕਰਨ। ਤੀਸਰਾ ਜਿਹੜੇ ਇਹਨਾਂ ਦੇ ਆਪਣੇ ਅੰਮ੍ਰਿਤਸਰ ਦੇ MLA ਨੇ ਗੁਪਤਾ ਜੀ, ਜਿਹੜਾ ਸਵਾਲ ਉਹਨਾਂ ਨੇ ਚੁੱਕਿਆ ਉਹਦੇ ਉੱਤੇ ਕਾਰਵਾਈ ਕਰਕੇ ਜਨਤਕ ਕਰਨ। ਔਰ ਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਦੀ ਉਹਨਾਂ ਨੂੰ 1% ਵੀ ਕਿਤੇ ਕੋਈ ਸ਼ਮੂਲੀਅਤ ਲੱਗਦੀ ਹੈ ਤਾਂ ਉਹਦੀ ਵੀ ਜਾਣਕਾਰੀ ਜਨਤਕ ਕਰਨ, ਨਹੀਂ ਤਾਂ ਜਨਤਕ ਰੂਪ ਦੇ ਵਿੱਚ ਇਸ ਚੀਜ਼ ਦੀ ਮਾਫ਼ੀ ਮੰਗਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਦੀਆਂ ਨਵੀਆਂ ਅਤੇ ਤਾਜ਼ੀਆਂ ਤਰੀਨ ਖ਼ਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਜ਼ਰੂਰ ਕਰੋ।